ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸੇ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਬਈ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੇ ਰਹੇ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਦਾ ਸਟੈਬਲਿਸ਼ਮੈਂਟ ਆਫ ਕੰਪਨੀ ਪਬਲਿਕ ਜਾਨੀ ਕਿ ਈਸਟ ਇੰਡੀਆ ਕੰਪਨੀ ਦੀ ਭਾਰਤ ਦੇ ਵਿੱਚ ਸਟੈਬਲਿਸ਼ਮੈਂਟ ਨੂੰ ਲੈ ਕੇ 25 ਐਮਸੀਕਿਊ ਡਿਸਕਸ ਕਰਾਂਗੇ ਜੋ ਤੁਹਾਨੂੰ ਮਾਸਟਰ ਗ੍ਰੈਜੂਏਟ ਐਨਟੀਟੀ ਪੀਐਸਟੈਟ ਤੇ ਲੈਕਚਰਰ ਗ੍ਰੈਜੂਏਟ ਦੇ ਲਈ ਵੀ ਜਿਹੜਾ ਹੈ ਕਾਫੀ ਜ਼ਿਆਦਾ ਹੈਲਪਫੁਲ ਰਹੇਗੇ। ਅੱਜ ਦੇ ਵਿੱਚ ਆਪਾਂ ਉਹ ਸਾਰੇ ਤੱਤ ਕਰਾਂਗੇ ਕਿ ਭਾਰਤ ਦੇ ਵਿੱਚ ਜਿਹੜੀਆਂ ਵਿਦੇਸ਼ੀ ਕੰਪਨੀਆਂ ਸੀ ਉਹ ਕਿੱਦਾਂ ਇਸ ਦੇ ਵਿੱਚ ਐਂਟਰ ਹੋਈਆਂ ਤੇ ਕੀ ਕੀ ਉਹਨਾਂ ਦੀਆਂ ਪ੍ਰਕਿਰਿਆਵਾਂ ਸਭ ਤੋਂ ਪਹਿਲਾਂ ਕਿਹੜੇ ਇਲਾਕੇ ਦੇ ਵਿੱਚ ਉਹਨੇ ਆਪਣੀ ਜਿਹੜਾ ਸ਼ੁਰੂਆਤ ਕੀਤੀ ਉਹ ਸਭ ਕੁਝ ਇਸ ਦੇ ਵਿੱਚ ਆਪਾਂ ਕ ਔਰ ਇਸ ਤੋਂ ਪਹਿਲਾਂ ਵਾਲੇ ਜਿਹੜੇ ਪਾਰਟ ਆ ਉਹਪਰ ਥੋੜਾ ਜਿਹਾ ਲੇਟ ਪਾਵਾਂਗੇ ਕਿਉਂਕਿ ਉਹ ਆਲਮੋਸਟ ਪਹਿਲਾਂ ਵੀ ਮੈਂ ਅਪਲੋਡ ਕੀਤੇ ਹੋਏ ਨੇ ਸੋ ਨੂੰ ਦੁਬਾਰਾ ਰਿਵੀਜ਼ਨ ਕਰਨ ਦੀ ਜਰੂਰਤ ਹੈ ਸੋ ਇਹ ਕਲਾਸਿਸ ਜਿਹੜੀਆਂ ਨੇ ਆਪਣੇ ਕਲਾਸ ਚੈਨਲ ਦੇ ਉੱਪਰ ਨਹੀਂ ਹੈਗੀਆਂ ਸੋ ਇਸ ਕਰਕੇ ਮੈਂ ਇਸ ਤੋਂ ਜਿਹੜਾ ਇਹ ਸ਼ੁਰੂ ਕਰ ਰਿਹਾ ਹਾਂ ਤਾਂ ਕਿ ਜਿਹੜਾ ਪੁਰਾਣਾ ਸਿਲੇਬਸ ਜਿਹੜਾ ਹੋਇਆ ਹੋਇਆ ਉਹ ਤਾਂ ਹੈ ਆਲਰੇਡੀ YouTube ਦੇ ਉੱਪਰ ਬਟ ਇਹ ਚੀਜ਼ਾਂ ਨਹੀਂ ਹੈਗੀਆਂ ਸੋ ਇਹਨਾਂ ਨੂੰ ਮੈਂ ਪਹਿਲਾਂ ਅਪਲੋਡ ਕਰਾਂਗਾ ਤਾਂ ਕਿ ਇਹਨੂੰ ਆਪਾਂ ਪ੍ਰੋਪਰ ਤਿਆਰ ਕਰ ਸਕੀਏ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦ ਸੋ ਇਹਨਾਂ ਕਲਾਸਿਸ ਦੀ ਜਿਹੜੀ ਕੋਰਸਸ ਨੇ ਉਹ ਬਾਈ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਨਾਮ ਦੇ ਜੋ ਐਪ ਹੈ ਉਹ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਤੇ ਉੱਥੇ ਜਾ ਕੇ ਪੀਐਸਟੈਟ ਮਾਸਟਰ ਕੈਡਰ ਲੈਕਚਰਰ ਕੈਡਰ ਦੇ ਨਾਲ ਸੰਬੰਧਿਤ ਆਪਣੇ ਬੈਚ ਜਿਹੜੇ ਹੈ ਉਹ ਬਾਈ ਕਰ ਸਕਦੇ ਹੋ ਤਾਂ ਕਿ ਤੁਸੀਂ ਇਹਨਾਂ ਕਲਾਸਿਸ ਦੀ ਜਿਹੜੀ ਥਿਊਰੀ ਹੈ ਉਹ ਵੀ ਰੀਡ ਕਰ ਸਕੋ ਕਿ ਅਚਲ ਅਸਲ ਦੇ ਵਿੱਚ ਕਿਦਾਂ ਦੇ ਕਿਵੇਂ ਕਨਸੈਪਟ ਬਣੇ ਹੈਗੇ ਨਾ ਸੋ ਸਾਰਾ ਕੁਝ ਉਹਦੇ ਵਿੱਚ ਉਹ ਕਵਰ ਹੋ ਜਾਵੇਗਾ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਸੋ ਅੱਜ ਦਾ ਫਰਸਟ ਕੁਐਸਚਨ ਰਹੇਗਾ ਪੁਰਤਗਾਲੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਭਾਰਤ ਦੇ ਵਿੱਚ ਹੋਈ ਹੈ ਸੋ 1498 ਦੇ ਵਿੱਚ 1600 ਦੇ ਵਿੱਚ 1602 ਦੇ ਵਿੱਚ ਜਾਂ 1604 ਦੇ ਵਿੱਚ ਪੁਰਤਗਾਲੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਹੈ ਸਾਲ 1498 ਦੇ ਵਿੱਚ ਤੇ ਇਹ ਪੁਰਤਗਾਲ ਦੇਸ਼ ਤੋਂ ਜਿਹੜਾ ਕਹਿ ਸਕਦੇ ਹੈ ਕਿ ਬਿਲੋਂਗ ਕਰਦੇ ਸੀ ਇਸ ਕਰਕੇ ਨੂੰ ਪੁਰਤਗਾਲੀ ਕਿਆ ਦਿੱਤਾ ਜਾਂਦਾ ਹੈ 1498 ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਜਿਹੜੀ ਵਿਦੇਸ਼ੀ ਕੰਪਨੀ ਹੈਗੀ ਹੈਗੀ ਯੂਰੋਪੀਅਨ ਕੰਪਨੀ ਜਿਹੜੀ ਹੈ ਉਹ ਪੁਰਤਗਾਲੀ ਹੀ ਹੈਗੇ ਨੇ ਸੋ ਪੁਰਤਗਾਲੀ ਜਿਹੜੀ ਉਹ ਸਭ ਤੋਂ ਪਹਿਲਾਂ ਆਏ ਸੀਗੇ ਓਕੇ ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੈਸ਼ਨ ਤੇ ਅਕੋਰਡਿੰਗ ਹੀ ਤਾਂ ਡੱਚ ਜਿਹੜੇ ਉਹ ਭਾਰਤ ਦੇ ਵਿੱਚ ਆਉਂਦੇ ਹੈਗੇ ਆ ਡੱਚ ਤੋਂ ਬਾਅਦ ਅੰਗਰੇਜ਼ ਭਾਰਤ ਦੇ ਵਿੱਚ ਆਉਂਦੇ ਹੈਗੇ ਨੇਗੇ ਓਕੇ ਅੰਗਰੇਜ਼ਾਂ ਤੋਂ ਬਾਅਦ ਡੈਨਿਸ਼ ਜਿਹੜੇ ਸੀਗੇ ਸੋ ਉਹ ਭਾਰਤ ਦੇ ਵਿੱਚ ਆਉਂਦੇ ਹੈਗੇ ਆ ਜੀ ਡੈਨਿਸ਼ ਤੋਂ ਬਾਅਦ ਫਰਾਂਸੀਸੀ ਜਿਹੜੇ ਹੈਗੇ ਨੇਗੇ ਫ੍ਰਾਂਸੀਸੀ ਜਿਹੜੇ ਆ ਉਹ ਭਾਰਤ ਦੇ ਵਿੱਚ ਆਉਂਦੇ ਤੇ ਫ੍ਰਾਂਸੀਸੀ ਤੋਂ ਬਾਅਦ 스웨ਡੀਸ਼ ਜਿਹੜੇ ਯਾਨੀ ਕਿ 스웨덴 ਦੇ ਨਿਵਾਸੀ ਸੀਗੇ ਜਿਹੜੇ ਉਹ ਭਾਰਤ ਦੇ ਵਿੱਚ ਵਿਜ਼ਿਟ ਕਰਦੇ ਹੈ ਕਿੰਨੇਗੇ ਨੈਕਸਟ ਹੈ ਜੀ ਕੁਐਸਚਨ ਨੰਬਰ 2 ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਕੀਤੀ ਗਈ 1600 ਦੇ ਵਿੱਚ 1604 ਦੇ ਵਿੱਚ 1608 ਦੇ ਵਿੱਚ ਹੈ ਜਾਂ 1610 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ ਕਿ ਜੀ 1600 ਦੇ ਵਿੱਚ ਪੂਰੀ ਕੰਪਲੀਟ ਯਾਨੀ ਕਿ 1600 ਦੇ ਵਿੱਚ ਭਾਰਤ ਦੇ ਵਿੱਚ ਈਸਟ ਬ੍ਰਿਟਿਸ਼ ਈਸਟ ਇੰਡੀਆ ਦੀ ਕੰਪਨੀ ਜਿਹੜੀ ਆ ਉਹ ਸਥਾਪਿਤ ਹੋ ਚੁੱਕੀ ਸੀਗੀ ਇੰਗਲੈਂਡ ਦੇ ਵਿੱਚ ਓਕੇ ਸੋ ਫਿਰ ਉਹਨਾਂ ਨੇ ਸਾਡੇ ਭਾਰਤ ਦੇ ਵਿੱਚ ਜਿਹੜੇ ਇਹਨਾਂ ਨੂੰ ਹਨ ਭੇਜਿਆ ਕਿ ਪਈ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਵਪਾਰ ਆ ਉਹ ਸ਼ੁਰੂ ਕਰੋ ਓਕੇ ਕੰਪਨੀਾਂ ਦੀ ਸਥਾਪਨਾ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਕਿ ਤਾਂ ਸਥਾਪਨਾ ਸਭ ਤੋਂ ਪਹਿਲਾਂ ਪੁਰਤਗਾਲੀਆਂ ਦੀ ਹੁੰਦੀ ਹੈਗੀ ਹੈਗੀ ਇਸਟਰੀਨ ਕੰਪਨੀ ਦੇ ਵਿੱਚ ਪੁਰਤਗਾਲੀ ਆਉਂਦੇ ਹੈ ਪੁਰਤਗਾਲੀ ਤੋਂ ਬਾਅਦ ਅੰਗਰੇਜ਼ ਆਉਂਦੇ ਹੈ ਕਿੰਨੇਗੇ ਵੀਂਜ ਕੰਪਨੀ ਦੀ ਸਥਾਪਨਾ ਨੂੰ ਲੈ ਕੇ ਓਕੇ ਸੌਰੀ ਅੰਗਰੇਜ਼ ਅੰਗਰੇਜ਼ ਤੋਂ ਬਾਅਦ ਡੱਚ ਜਿਹੜੇ ਆਉਂਦੇ ਹੈਗੇ ਆ ਜੀ ਆਪਣੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਦੇ ਹੈ ਡੱਚ ਤੋਂ ਬਾਅਦ ਡੈਨਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਦੇ ਹੈ ਡੈਨਿਸ਼ ਤੋਂ ਬਾਅਦ ਫ੍ਰਾਂਸੀਸੀ ਆਉਂਦੇ ਹੈਗੇ ਆ ਜੀ ਸੋ ਇਹ ਆਪਣੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਦੇ ਹੈ ਫ੍ਰਾਂਸੀਸੀ ਤੋਂ ਬਾਅਦ ਸਵੀਡਿਸ਼ ਜਿਹੜੇ ਹੈਗੇ ਨੇਗੇ ਉਹ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਦੇ ਹੈ ਕਿੰਨੇਗੇ ਨੈਕਸਟ ਹੈ ਜੀ ਕੁਐਸਚਨ ਨੰਬਰ 3 ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਕੀਤੀ ਗਈ 1605 ਦੇ ਵਿੱਚ 1609 ਦੇ ਵਿੱਚ 1610 ਦੇ ਵਿੱਚ 1602 ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਸਾਲ 1602 ਦੇ ਵਿੱਚ ਤੇ ਇਹਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ ਨੀਦਰਲੈਂਡ ਦੇ ਵਿੱਚ ਕੀਤੀ ਗਈ ਸੀਗੀ ਸੋ ਨੀਦਰਲੈਂਡ ਤੇ ਇਹਨਾਂ ਨੇ ਸਥਾਪਨਾ ਕਰਕੇ ਸਾਡੇ ਭਾਰਤ ਵਿੱਚ ਲਿਆਂਦੀ ਸੀ ਇਸ ਕੰਪਨੀ ਨੂੰ ਓਕੇ ਨੈਕਸਟ ਹੈ ਜੀ ਚਾਰ ਨੰਬਰ ਫ੍ਰੈਂਚ ইস্ট ਇੰਡੀਆ ਕੰਪਨੀ ਦੀ ਸਥਾਪਨਾ ਹੋਈ 1660 ਦੇ ਵਿੱਚ 1663 ਦੇ ਵਿੱਚ 1664 ਦੇ ਵਿੱਚ ਜਾਂ 1600 70 ਦੇ ਵਿੱਚ ਸੋ ਫਰੈਂਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਹੈ ਸਾਲ 1664 ਦੇ ਵਿੱਚ ਧਿਆਨ ਰੱਖਿਓ ਕਿ ਫਰੈਂਚ ਨੂੰ ਫਰਾਂਸ ਕਹਿੰਦੇ ਆ ਪੰਜਾਬੀ ਦੇ ਵਿੱਚ ਇੰਗਲਿਸ਼ ਵਰਡ ਇੱਥੇ ਮੈਂ ਪ੍ਰਯੋਗ ਕਰ ਲਿਆ ਹੈ ਫਰਾਂਸ ਕਹਿੰਦੇ ਹੈਗੇ ਨੇ ਸੋ ਇਸ ਦੇ ਵਿੱਚ ਈਸਟ ਇੰਡੀਆ ਦੀ ਕੰਪਨੀ ਜਿਹੜੀ ਹੈ ਉਹ ਸਾਲ 1664 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀਗੀ ਤੇ ਫਰਾਂਸ ਦੇ ਵਿੱਚ ਹੀ ਕੀਤੀ ਸੀਗੀ ਓਕੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਾਰੇ ਆਹ ਹੀ ਕਲਾਸਿਸ ਇਸ ਤੋਂ ਲੱਭਾ ਬਈ ਭਾਰਤ ਦੇ ਵਿੱਚ ਡੈਨਿਸ ਈਸਟ ਇੰਡੀਆ ਦੀ ਕੰਪਨੀ ਵੀ ਜਿਹੜੀ ਹੈ ਨਾ ਉਹ ਸਟੈਬਲਿਸ਼ ਕੀਤੀ ਗਈ ਸੀਗੀ ਡੈਨਿਸ ਈਸਟ ਇਹ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਸਟੈਬਲਿਸ਼ਮੈਂਟ ਕੀਤੀ ਸੀ ਬਾਅਦ ਦੇ ਵਿੱਚ ਇਹ ਭਾਰਤ ਦੇ ਵਿੱਚ ਵਿਜ਼ਿਟ ਕੀਤੇ ਸੀਗੇ ਇਹ ਧਿਆਨ ਰੱਖਿਓ ਓਕੇ ਡੈਨਿਸ ਈਸਟ ਇੰਡੀਆ ਕੰਪਨੀ ਇਹਦੀ ਸਥਾਪਨਾ ਹੋਈ ਸੀਗੀ ਜੀ ਸਾਲ 1616 ਦੇ ਵਿੱਚ ਸਥਾਨ ਸੀਗਾ ਜੀ ਡੈਨਮਾਰਕ ਡੈਨਮਾਰਕ ਦੇ ਵਿੱਚ ਤੇ ਇੱਕ 스웨ਡਿਸ਼ ਈਸਟ ਇੰਡੀਆ ਕੰਪਨੀ ਹੈ 스웨ਡਿਸ਼ ਈਸਟ ਇੰਡੀਆ ਕੰਪਨੀ ਸੋ ਇਹਦੀ ਸਥਾਪਨਾ ਹੋਈ ਸੀਗੀ ਜੀ ਸਾਲ 1731 ਦੇ ਵਿੱਚ ਸਵੀਡਨ ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀਗੀ ਕੁਝ ਹੋਰ ਪ੍ਰਮੁੱਖ ਜਿਹੜੀਆਂ ਕਹਿ ਸਕਦੇ ਹਾਂ ਪਰਜਾਤੀਆਂ ਨਹੀਂ ਸੌਰੀ ਕੰਪਨੀਆਂ ਆਣੇ ਕਿ ਨੈਕਸਟ ਹੈ ਜੀ ਕੁਐਸਚਨ ਨੰਬਰ 5 ਕਿਹੜੇ ਪੁਰਤਗਾਲੀ ਨੇ ਗੋਆ ਦੇ ਉੱਪਰ ਅਧਿਕਾਰ ਕੀਤਾ ਸੀ ਫਰਾਂਸਿਸ ਡੀ ਅਲਮੇਡਾ ਨੇ ਫਰਾਂਸ ਅਲਫਾਸੋ ਡੀ ਅਲ ਬੁਕਰ ਨੇ ਜਾਂ ਵਾਸਕੋ ਡੀ ਗਾਮਾ ਨੇ ਤੇ ਜਾਂ ਫਿਰ ਰੋਬਰਟ ਡੀ ਨਾਬੋਲੀ ਨੇ ਤੋ ਇਹਨਾਂ ਦੇ ਵਿੱਚ ਪੁਰਤਗਾਲੀ ਪੁੱਛਿਆ ਗਿਆ ਹੈ ਜਿਸ ਨੇ ਕਿ ਗੋਆ ਦੇ ਉੱਪਰ ਆਪਣਾ ਅਧਿਕਾਰ ਕੀਤਾ ਸੀਗਾ ਜੀ ਸੋ ਇਹ ਸੀਗਾ ਅਲਫਾਸੋ ਡੀ ਅਲਬੁਕ ਸੋ ਇਸ ਦੇ ਦੁਆਰਾ ਜਿਹੜਾ ਹੈ ਪੁਰਤਗਾਲੀ ਦੇ ਹੋਣ ਦੇ ਕਾਰਨ ਕਰਕੇ ਇਸ ਨੇ ਗੋਆ ਦੇ ਉੱਪਰ ਆਪਣਾ ਅਧਿਕਾਰ ਕੀਤਾ ਇਹ ਪੁਰਤਗਾਲੀ ਸੀਗਾ ਤੇ ਇਸ ਨੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਗੋਆ ਦੇ ਉੱਪਰ ਆਪਣਾ ਅਧਿਕਾਰ ਆ ਉਹ ਜਮਾਇਆ ਸੀ ਸਟੈਬਲਿਸ਼ ਕੀਤਾ ਸੀਗਾ ਇਹਨਾਂ ਨੇ ਨੈਕਸਟ ਹੈ ਜੀ ਕੁਐਸਚਨ ਨੰਬਰ 6 ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਆਪਣੇ ਦਫ਼ਤਰ ਕਿੱਥੇ ਬਣਾਏ ਗੋਆ ਦੇ ਵਿੱਚ ਕਲਕੱਤਾ ਦੇ ਵਿੱਚ ਨਾਗਾਪਟਮ ਦੇ ਵਿੱਚ ਜਾਂ ਪੰਡੂਚਰੀ ਦੇ ਵਿੱਚ ਈਸਟ ਇੰਡੀਆ ਕੰਪਨੀ ਜਣੀ ਕਿ ਬ੍ਰਿਟਿਸ਼ ਦੀ ਜਿਹੜੀ ਇਸਟ ਇੰਡੀਆ ਕੰਪਨੀ ਸੀ ਉਹਨੇ ਆਪਣਾ ਦਫਤਰ ਕਿਹੜੇ ਸਥਾਨ ਵਿਖੇ ਬਣਾਇਆ ਸੀ ਜੀ ਸੋ ਕੋਲਕਾਤਾ ਦੇ ਵਿੱਚ ਉਹਨੇ ਆਪਣਾ ਦਫਤਰ ਬਣਾਇਆ ਸੀ ਉੱਥੋਂ ਹੀ ਕੰਟਰੋਲ ਕੀਤਾ ਸੀ ਕਿਉਂਕਿ ਸਭ ਤੋਂ ਪਹਿਲਾਂ ਜੇ ਪ੍ਰਭਾਵ ਦੀ ਗੱਲ ਕਰੀਏ ਤਾਂ ਉਹ ਵੀ ਕੋਲਕਾਤਾ ਦੇ ਵਿੱਚ ਰਿਹਾ ਸੀ ਜਿੱਥੇ ਕਿ ਬੰਗਾਲ ਦੇ ਵਿੱਚ ਨਾ ਸੋ ਬੰਗਾਲ ਦੇ ਸ਼ਾਸਕਾਂ ਦੇ ਉੱਪਰ ਉਹਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਉਹਨਾਂ ਨੂੰ ਦਬਾਇਆ ਤੇ ਫਿਰ ਆਪਣਾ ਜਿਹੜਾ ਸ਼ਾਸਨ ਪ੍ਰਬੰਧ ਹੈ ਉਹ ਸ਼ੁਰੂ ਕੀਤਾ ਸੀ ਅਸੇ ਕਰਕੇ ਇਹਨਾਂ ਦਾ ਜਿਹੜਾ ਕੇਂਦਰ ਹੈ ਮੁਖ ਜਿਹੜਾ ਦਫਤਰ ਜਿਹੜਾ ਮੁਖ ਰਿਹਾ ਹੈ ਉਹ ਕੋਲਕਾਤਾ ਦੇ ਵਿੱਚ ਰਿਹਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਭਾਰ ਦੇ ਵਿੱਚ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਰਾਬਰਟ ਕੋਲਾਈਬ ਸਰ ਜਾਨ ਸ਼ੇਰ ਜਾਂ ਵਾਰਨ ਹਿਸਟਿੰਗ ਜਾਂ ਫਿਰ ਲਾਰਡ ਮਕਰਜ਼ ਆਫ ਹਿਸਟਿੰਗਸ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਜਨਰਲ ਪੁੱਛਿਆ ਗਿਆ ਹੈ ਜੀ ਸੋ ਭਾਰ ਦਾ ਜਿਹੜਾ ਈਸਟ ਇੰਡੀਆ ਕੰਪਨੀ ਦੇ ਅਧੀਨ ਪਹਿਲਾ ਗਵਰਨਰ ਜਨਰਲ ਸੀਗਾ ਜੀ ਉਹ ਵਾਰਨ ਹਿਸਟਿੰਗ ਸੀਗਾ ਓਕੇ ਇਹ ਪਹਿਲਾ ਸੀਗਾ ਓਕੇ ਸੋ ਇਹਦਾ ਜਿਹੜਾ ਕਾਰਜਕਾਲ ਰਿਹਾ ਸੀਗਾ ਉਹ 1700 73 ਤੋਂ ਲੈ ਕੇ 85 ਤੱਕ ਦਾ ਰਿਹਾ ਸੀਗਾ ਇਹ ਭਾਰਤ ਦਾ ਪਹਿਲਾ ਗਵਰਨਰ ਜਨਰਲ ਹੈ ਜਿਹੜਾ ਕਿ ਈਸਟ ਇੰਡੀਆ ਕੰਪਨੀ ਦੇ ਅਧੀਨ ਸੀਗਾ ਔਰ ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਗਵਰਨਰ ਜਨਰਲ ਦੀ ਜਿਹੜੀ ਹਨਾ ਸ਼ੁਰੂਆਤ ਹੁੰਦੀ ਹੈ ਬੰਗਾਲ ਦੇ ਗਵਰਨਰ ਦੀ ਉਹ 1773 ਦੇ ਵਿੱਚ ਸ਼ੁਰੂਆਤ ਹੁੰਦੀ ਹੈ ਰੈਗੂਲੇਟਿੰਗ ਐਕਟ ਦੇ ਅਧੀਨ ਬੰਗਾਲ ਦਾ ਗਵਰਨਰ ਜਨਰਲ ਸ਼ੁਰੂ ਹੁੰਦਾ ਹੈ ਓਕੇ ਬੰਗਾਲ ਦਾ ਗਵਰਨਰ ਜਨਰਲ ਪਰ ਇਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਚੇਂਜ ਕਰਕੇ ਬਈ ਪਾਰ ਦਾ ਗਵਰਨਰ ਜਨਰਲ ਬਣਾ ਦਿੰਦੇ ਆਈਸਟ ਇੰਡੀਆ ਕੰਪਨੀ ਦਾ ਸੋ ਇਹ ਪਹਿਲਾ ਬੰਦਾ ਹੈ ਵਾਰਨ ਹਿਸਟਿੰਗਸ ਠੀਕ ਹੈ ਜੀ ਸੋ ਪਹਿਲਾ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਬੰਦਾ ਹੈ ਉਹ ਰਾਬਰਟ ਕਲਾਈਬ ਬੰਦਾ ਹੈ ਉਹ ਰਾਬਰਟ ਆਪਿਆ ਹੈ ਰਾਬਰਟ ਕਲਾਈਬ ਜਿਹੜਾ ਹੈ ਉਹ ਬੰਗਾਲ ਦਾ ਗਵਰਨਰ ਜਨਰਲ ਬੰਦਾ ਹੈ ਪਹਿਲਾ ਰਿਹਾ ਸੀਗਾ ਤੇ ਇਹ ਤਕਰੀਬਨ 1757 ਤੋਂ ਲੈ ਕੇ ਰਾਬਰਟ ਕਲਾਈਬ 1757 ਤੋਂ ਲੈ ਕੇ 60 ਤੱਕ ਰਿਹਾ ਹੈ 60 ਤੋਂ ਬਾਅਦ 1700 65 ਤੋਂ ਲੈ ਕੇ ਅੱਗੇ 1767 ਤੱਕ ਰਿਹਾ ਸੀਗਾ ਭਾਰ ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 8 ਭਾਰ ਦੇ ਵਿੱਚ ਕਿਹੜੀ ਯੂਰੋਪੀਅਨ ਸ਼ਕਤੀ ਨੇ ਸਭ ਤੋਂ ਪਹਿਲਾਂ ਆਪਣੇ ਵਪਾਰ ਦਾ ਵਿਸਤਾਰ ਕੀਤਾ ਬ੍ਰਿਟਿਸ਼ ਨੇ ਕੀਤਾ ਫ੍ਰੈਂਚ ਨੇ ਕੀਤਾ ਡੱਚ ਨੇ ਕੀਤਾ ਜਾਂ ਪੁਰਤਗਾਲੀਆਂ ਨੇ ਕੀਤਾ ਭਾਰਤ ਦੇ ਵਿੱਚ ਕਿਹੜੀ ਯੂਰਪੀਅਨ ਸ਼ਕਤੀ ਨੇ ਸਭ ਤੋਂ ਪਹਿਲਾਂ ਟ੍ਰੇਡ ਜਾਂ ਵਪਾਰ ਸ਼ੁਰੂ ਕੀਤਾ ਜੀ ਸੋ ਇਹ ਸੀਗੀ ਪੁਰਤਗਾਲੀ ਕਿਉਂਕਿ ਇਸਟੈਬਲਿਸ਼ਮੈਂਟ ਇਸ ਦੀ ਸਭ ਤੋਂ ਪਹਿਲਾਂ ਹੋਈ ਸੀਗੀ 1498 ਦੇ ਵਿੱਚ ਤਾਂ ਫਿਰ ਇਹਨੇ ਵਿਸਤਾਰ ਵੀ ਸੁਭਾਵਕ ਜੀ ਗੱਲ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਕਰਨਾ ਸੀਗਾ ਪੁਰਤਗਾਲੀ ਜਿਹੜਾ ਹੈ ਉਹ ਤਕਰੀਬਨ ਭਾਰਤ ਦੇ ਵਿੱਚ ਜੇ ਸਦੀ ਪੁੱਛ ਲੈਂਦੇ ਹੈਗੇ ਨਾ ਤਾਂ 15ਵੀਂ ਸਦੀ ਦੇ ਅੰਤ ਦੇ ਵਿੱਚ ਆਏ ਸੀਗੇ ਓਕੇ 13ਵੀਂ ਸਦੀ ਦੇ ਅੰਤ ਦੇ ਵਿੱਚ ਭਾਰਤ ਦੇ ਵਿੱਚ ਆਉਂਦੇ ਤੇ ਮੁੱਖ ਜਿਹੜਾ ਉਦੇਸ਼ ਰਿਹਾ ਸੀ ਉਹ ਸੀਗਾ ਵਪਾਰ ਕਰਨ ਦਾ ਕਿ ਅਸੀਂ ਵਪਾਰ ਕਰਾਂਗੇ ਤੇ ਬਟ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੀ ਕੁਝ ਹੋਇਆ ਨੈਕਸਟ ਹੈ ਜੀ ਨੌ ਨੰਬਰ 1498 ਦੇ ਵਿੱਚ ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਪਹੁੰਚਿਆ ਗੋਆ ਦੇ ਵਿੱਚ ਕਲਿਕਟ ਵੀ ਖੇ ਮੰਗਲੌਰ ਵੀ ਖੇ ਜਾਂ ਕੋਚੀਨ ਵੀ ਖੇ ਵਾਸਕੋ ਡੀ ਗਾਮਾ ਜਿਹੜਾ ਹੈ ਇੱਕ ਪੁਰਤਗਾਲੀ ਸੀਗਾ ਤੇ 1498 ਦੇ ਵਿੱਚ ਸਮੁੰਦਰ ਦੇ ਰਸਤੇਹੀਂ ਭਾਰਤ ਦੇ ਵਿੱਚ ਪਹੁੰਚਣ ਵਾਲਾ ਇਹ ਵਿਅਕਤੀ ਸੀਗਾ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਿਆ ਇਹ ਕਲਕੱਟਵੇ ਕੇ ਸਮਾਂ ਹੀ ਪੁੱਛ ਲੈਂਦੇ ਆ ਸਥਾਨ ਵੀ ਪੁੱਛ ਲੈਂਦੇ ਹੈ ਤੇ ਕਿੱਥੋਂ ਦਾ ਨਿਵਾਸੀ ਸੀ ਇਹ ਵੀ ਪੁੱਛ ਲੈਂਦੇ ਹੈ ਠੀਕ ਹੈ ਸੋ ਇਹਨਾਂ ਨੇ ਹੀ ਭਾਰਤ ਦੇ ਵਿੱਚ ਪਹਿਲੀ ਜਿਹੜੀ ਹੈ ਪੁਰਤਗਾਲੀ ਫੈਕਟਰੀ ਜਿਹੜੀ ਲਗਾਉਣ ਦਾ ਸ਼ੁਰੂਆਤ ਕੀਤੀ ਸੀਗੀ ਯਾਨੀ ਕਿ ਇਸੇ ਨੂੰ ਹੀ ਪੁਰਤਗਾਲੀ ਫੈਕਟਰੀ ਨੂੰ ਸਥਾਪਿਤ ਕਰਨ ਦਾ ਜਿਹੜਾ ਸਿਰ ਹੈ ਉਹ ਵਾਸਕੋ ਡੀ ਗਾਮਾ ਦੇ ਸਿਰ ਹੀ ਜਾਂਦਾ ਹੈਗਾ ਤੇ ਵਾਸਕੋ ਡੀ ਗਾਮਾ ਦੀ ਜਿਹੜੀ ਮੌਤ ਹੈ ਉਹ ਕੋਚੀਨ ਦੇ ਵਿੱਚ ਹੋਈ ਸੀਗੀ ਬਾਸਕੋਡੀ ਗਾਮਾ ਦੀ ਮੌਤ ਕੋਚੀਨ ਦੇ ਵਿੱਚ ਹੋਈ ਸੀਗੀ 1524 ਦੇ ਵਿੱਚ ਪਹਿਲਾਂ ਤੇ ਇਥੇ ਕੋਚੀਨ ਦੇ ਵਿੱਚ ਹੀ ਉਸ ਨੂੰ ਦਫਨਾਤਾ ਸੀ ਬਟ ਬਾਅਦ ਦੇ ਵਿੱਚ ਇਹਨੂੰ ਕੱਢ ਕੇ ਬਈ ਪੁਰਤਗਾਲ ਲੈ ਗਏ ਸੀ ਸੋ ਇਹ ਉਹੀ ਵਿਅਕਤੀ ਹੈ ਓਕੇ ਬਾਸਗੋਡ ਗਾਮਾ ਕਿੱਥੋਂ ਦਾ ਨਿਵਾਸੀ ਸੀਗਾ ਪੁਰਤਗਾਲ ਦਾ ਸੀ ਆਨਲਾਈਨ ਦਾ ਸੀ ਅਮਰੀਕਾ ਦਾ ਸੀ ਜਾਂ ਫਰਾਂਸ ਦਾ ਸੀਗਾ ਪੁਰਤਗਾਲੀ ਜੀ ਜੀ ਕਿਉਂਕਿ ਪੁਰਤਗਾਲ ਦਾ ਨਿਵਾਸੀ ਸੀਗਾ ਵਾਸਕੋ ਡੀਗਾਮਾ ਇੱਕ ਹੋਰ ਇੰਪੋਰਟੈਂਟ ਹੈਗੇ ਜੇ ਨਾਲ ਯਾਦ ਰੱਖਿਓ ਕਿ ਵਾਸਕੋ ਡੀਗਾਮਾ ਦੇ ਸਮੇਂ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਜਿਹੜੇ ਸੀਗੇ ਉਹ ਮੌਜੂਦ ਸੀਗੇ ਜੀ ਓਕੇ ਗੁਰੂ ਨਾਨਕ ਦੇਵ ਜੀ ਤੇ ਉਸ ਸਮੇਂ ਆਇਆ ਸੀਗਾ ਜੀ ਵਾਸਕੋ ਡੀਗਾਮਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੀਗੇ ਉਸ ਸਮੇਂ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਸੀਗਾ ਓਕੇ ਨੈਕਸਟ ਹੈ ਜੀ 11 ਨੰਬਰ ਕਿਸ ਅੰਗਰੇਜ਼ ਨੇ ਸਮਰਾਟ ਜਹਾਂਗੀਰ ਦੇ ਦਰਬਾਰ ਦੇ ਵਿੱਚ ਭੇਟ ਜਾਨੀ ਇੱਕ ਅਸਦਿਆਂ ਗਿਫਟ ਦੀ ਵਜੋਂ ਭੇਟ ਕੀਤਾ ਸੋ ਸਰ ਟਾਮਸ ਰੋ ਸੀਗਾ ਰਾਲਟਾ ਬਿੱਤਾ ਸੀ ਜਾਂ ਸਰਜੌਨ ਜਾਂ ਫਿਰ ਸਰ ਜਾਨ ਸ਼ੇਰ ਸੋ ਸਰ ਟਾਮਸ ਰੋ ਸੀਗਾ ਵੀ ਜਿਸ ਨੇ ਮੁਗਲ ਸਮਰਾਟ ਜਹਾਂਗੀਰ ਦੇ ਦਰਬਾਰ ਦੇ ਵਿੱਚ ਇੱਕ ਭੇਟ ਜਾਨੀ ਕਿ ਗਿਫਟ ਆਪਾਂ ਕਹਿ ਸਕਦੇ ਹੈਗਾ ਉਹ ਭੇਟ ਕੀਤਾ ਸੀਗਾ ਸੋ ਇਹ ਸਰ ਟਾਮਸ ਰੋ ਸੀਗਾ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 12 ਗੋਆ ਦਮਨ ਤੇ ਦੀਪ ਦਾ ਉਪਨਿਵੇਸ਼ੀਕਰਨ ਕਿਸ ਦੇ ਦੁਆਰਾ ਕੀਤਾ ਗਿਆ ਡੱਚਾਂ ਦੇ ਦੁਆਰਾ ਅੰਗਰੇਜ਼ਾਂ ਦੇ ਦੁਆਰਾ ਫਰਾਂਸੀਸੀਆਂ ਦੇ ਦੁਆਰਾ ਜਾਂ ਪੁਰਤਗਾਲੀਆਂ ਦੇ ਦੁਆਰਾ ਇਹਨਾਂ ਤਿੰਨਾਂ ਹੀ ਖੇਤਰਾਂ ਦਾ ਜਿਹੜਾ ਉਪਨਵੇਸ਼ੀਕਰਨ ਕੀਤਾ ਗਿਆ ਸੀਗਾ ਬਈ ਸੋ ਉਹ ਪੁਰਤਗਾਲੀਆਂ ਦੇ ਦੁਆਰਾ ਕੀਤਾ ਗਿਆ ਸੀ ਕਿਉਂਕਿ ਪੁਰਤਗਾਲੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਪਣੀ ਹਨ ਇਹ ਵਸਤियां ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਕੇ ਦਮਨ ਦੀ ਤੋਂ ਇਲਾਵਾ ਇਸ ਤੋਂ ਇਲਾਵਾ ਸਾਲ ਮੀਟ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੇ ਆਪਣੀ ਜਿਹੜੀ ਹੈ ਕੰਪਨੀ ਉਹ ਸਟੇਬਲਿਸ਼ ਕਰ ਲਈਤੀ ਸੀਗੀ ਤੇ ਕਾਲੀਕਟ ਵੀ ਇਹਦੇ ਵਿੱਚ ਮੌਜੂਦ ਹੈ ਕੇ ਕਾਲੀਕਟ ਵਿਸ ਤੇ ਵਿੱਚ ਮੌਜੂਦ ਹੈ ਗੋਆ ਦਮੰਤੀ ਤੋਂ ਇਲਾਵਾ ਨੈਕਸਟ ਹੈ ਜੀ ਕੁਐਸਚਨ ਨੰਬਰ 13 ਅਲਬੁਕ ਨੇ ਗੋਆ ਨੂੰ 1510 ਈਸਵੀ ਦੇ ਵਿੱਚ ਖੋਹ ਲਿਆ ਸੀ ਕਿਸ ਤੋਂ ਖੋਹ ਲਿਆ ਸੀ ਰਾਜਾ ਜਮਰੇਨ ਤੋਂ ਬੀਜਾਪੁਰ ਦੇ ਸultan ਤੋਂ ਜਾਂ ਫਰਾਂਸ ਤੋਂ ਜਾਂ ਫਿਰ ਇੰਗਲੈਂਡ ਤੋਂ ਸੋ ਅਲਬੁਕ ਜਿਹੜਾ ਕਿ ਉਤੋਂ ਦਾ ਉਸ ਸਮੇਂ ਜਿਹੜਾ ਸ਼ਾਸਕ ਸੀਗਾ ਸੋ ਇਸ ਦੇ ਦੁਬਾਰਾ ਗੋਆ ਜਿਹੜਾ ਹੈ ਉਹ ਖੋਇਆ ਗਿਆ ਸੀਗਾ ਬੀਜਾਪੁਰ ਦੇ ਸultan ਤੋਂ ओके ਤੇ ਬੀਜਾਪੁਰ ਦੇ ਸੁਲਤਾਨ ਦਾ ਨਾਮ ਸੀਗਾ ਜੀ ਯੂਸਫ ਆਦਿਲ ਸ਼ਾ ਯੂਸਫ ਅਦਲ ਸ਼ਾ ਜਿਹੜਾ ਹੈ ਇਹ ਸ਼ਾਸਕ ਸੀਗਾ ਬੀਜਾਪੁਰ ਦਾ ਸੋ ਉਸ ਨੂੰ ਹਰਾ ਕੇ ਪੁਰਤਗਾਲੀਆਂ ਨੇ ਜਿਹੜਾ ਹੈ ਪੁਰਤਗਾਲਾਂ ਦੇ ਅਲਬੁਕ ਨੇ ਜਿਹੜਾ ਹੈ ਗੋਆ 1510 ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀਗਾ ਇਸ ਨੂੰ ਹਰਾ ਕੇ ਓਕੇ ਫਿਰ ਇਸ ਤੋਂ ਇਲਾਵਾ ਇਹ 1510 ਤੋਂ ਲੈ ਕੇ ਤਕਰੀਬਨ 1961 ਤੱਕ ਯਾਨੀ ਕਿ ਭਾਰਤ ਆਜ਼ਾਦ ਹੋਣ ਤੋਂ ਬਾਅਦ ਤੱਕ ਵੀ ਜਿਹੜਾ ਹੈ ਗੋਆ ਉਹ ਪੁਰਤਗਾਲੀਆਂ ਦੇ ਅਧੀਨ ਹੀ ਰਿਹਾ ਸੀਗਾ ਪੁਰਤਗਾਲੀਆਂ ਦੇ ਅਧੀਨ ਹੀ ਰਿਹਾ ਸੀ ਮਤਲਬ ਇਹਨੂੰ ਛੱਡਿਆ ਨਹੀਂ ਸੀਗਾ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 14 ਭਾਰਤ ਦੇ ਸਮੁੰਦਰੀ ਰਸਤੇ ਦੀ ਖੋਜ ਕਿਸ ਨੇ ਕੀਤੀ ਸੀ ਡੱਚਾਂ ਦੇ ਦੁਆਰਾ ਅੰਗਰੇਜ਼ਾਂ ਦੇ ਦੁਆਰਾ ਜਾਂ ਫਿਰ ਪੁਰਤਗਾਲੀਆਂ ਦੇ ਦੁਆਰਾ ਤੇ ਜਾਂ ਫਿਰ ਇੰਗਲੈਂਡ ਦੇ ਦੁਆਰਾ ਸੋ ਭਾਰਤ ਦੇ ਵਿੱਚ ਸਮੁੰਦਰੀ ਰਸਤੇ ਰਾਹੀਂ ਆਉਣ ਵਾਲਾ ਪਹਿਲਾ ਵਿਅਕਤੀ ਜਿਹੜਾ ਹੈ ਵਾਸਕੋ ਡੀ ਗਾਮਾ ਸੀ ਤੇ ਉਹ ਪੁਰਤਗਾਲੀ ਸੀ ਸੁਭਾਅਕ ਜੀ ਗੱਲ ਹੈ 1498 ਦੇ ਵਿੱਚ ਉਹ ਪਹੁੰਚਦਾ ਹੈਗਾ ਤੇ ਉਸ ਨੇ ਕੋਚੀਨ ਨਾਮੀ ਖੇਤਰ ਦੇ ਵਿੱਚ ਨਾ ਸਭ ਤੋਂ ਪਹਿਲਾਂ ਕਲੀਕਟ ਖੇਤਰ ਦੇ ਸਭ ਤੋਂ ਪਹਿਲਾਂ ਪਹੁੰਚਦਾ ਹੈਗਾ ਤੇ ਉਸੇ ਨੂੰ ਹੀ ਪਹਿਲਾ ਰਸਤਾ ਇਹ ਮਿਲਿਆ ਸੀਗਾ ਭਾਰਤ ਦੇ ਵਿੱਚ ਆਉਣ ਦਾ ਜਨਕਿ ਭਾਰਤ ਨੂੰ ਖੋਜਣ ਵਾਲਾ ਵੀ ਕਹਿ ਸਕਦੇ ਹੈਗੇ ਆਪਾਂ ਨੂੰ ਸਵਾਲ ਆ ਜਾਂਦਾ ਹੈ ਕਿ ਭਾਰਤ ਨੂੰ ਕਿਸ ਨੇ ਖੋਜਿਆ ਸੀਗਾ ਤਾਂ ਭਈ ਵਾਸਕੋ ਡੀ ਗਾਮਾ ਦੇ ਦੁਆਰਾ 1498 ਦੇ ਵਿੱਚ ਸਮੁੰਦਰ ਦੇ ਰਸਤੇ ਰਾਹੀਂ ਖੋਜਿਆ ਗਿਆ ਸੀ ਨੈਕਸਟ ਹੈ ਜੀ 15 ਨੰਬਰ ਬ੍ਰਿਟਿਸ਼ ਨੇ ਭਾਰਤ ਦੇ ਸੂਰਤ ਦੇ ਵਿੱਚ ਪਹਿਲੀ ਫੈਕਟਰੀ ਸਥਾਪਿਤ ਕਰਨ ਦੀ ਇਜਾਜ਼ਤ ਕਿਸ ਤੋਂ ਲਈ ਸੀ ਅਕਬਰ ਤੋਂ ਲਈ ਸੀ ਜਹਾਂਗੀਰ ਤੋਂ ਲਈ ਸੀ ਸ਼ਾਹਜਹਾਂ ਤੋਂ ਲਈ ਗਈ ਸੀ ਜਾਂ ਔਰੰਗਜ਼ੇਬ ਤੋਂ ਲਈ ਗਈ ਸੀ ਸੋ ਬ੍ਰਿਟਿਸ਼ਾਂ ਨੇ ਭਾਰਤ ਦੇ ਵਿੱਚ ਸੂਰਤ ਦੇ ਵਿੱਚ ਪਹਿਲੀ ਫੈਕਟਰੀ ਲਗਾਉਣ ਦੇ ਲਈ ਇੱਕ ਰਾਜੇ ਤੋਂ ਪਰਮਿਸ਼ਨ ਲਈ ਸੀ ਕਿਉਂਕਿ ਉਹਨਾਂ ਦਾ ਸ਼ਾਸਨ ਸੀਗਾ ਸੋ ਸੀਗਾ ਜੀ ਜਹਾਗੀਰ ਮੁਗਲ ਬਾਦਸ਼ਾਹ ਸੋ ਉਸ ਤੋਂ ਇਹਨਾਂ ਨੇ ਇਜਾਜ਼ਤ ਲਈਤੀ ਸੀ ਕਿ ਅਸੀਂ ਇੱਥੇ ਫੈਕਟਰੀ ਲਗਾ ਸਕਦੇ ਹਾਂ ਤੇ ਇਹਨਾਂ ਨੂੰ ਪਰਮਿਸ਼ਨ ਮਿਲ ਗਈ ਸੀਗੀ ਬਟ ਬਾਅਦ ਦੇ ਵਿੱਚ ਇਹਨਾਂ ਦੇ ਇਰਾਦੇ ਜਿਹੜੇ ਕੁਝ ਹੋਰ ਹੋਗੇ ਸੀਗੇ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਸ ਤੋਂ ਬਾਅਦ ਸਾਡੇ ਉੱਪਰ ਇਹ 200 ਸਾਲਾਂ ਤੱਕ ਰਾਜ ਕਰਕੇ ਗਏ ਨੇ ਨੈਕਸਟ ਹੈ ਜੀ ਭਾਰਤ ਦੇ ਸਮੁੰਦਰੀ ਰਸਤੇ ਦੀ ਖੋਜ ਕਿਸ ਨੇ ਕੀਤੀ ਸੀ ਕੋਲੰਬਸ ਨੇ ਕੀਤੀ ਸੀ ਮੈਗਲਸ ਨੇ ਕੀਤੀ ਸੀ ਵਾਸਕੋ ਡੀ ਗਾਮਾ ਨੇ ਕੀਤੀ ਸੀ ਡਾਂਟਾਰਮਸ ਮੂਰੋ ਨੇ ਕੀਤੀ ਸੀ ਸੋ ਵਾਸਕੋ ਡੀ ਗਾਮਾ ਸੀਗਾ ਭਈ ਪੁਰਤਗਾਲੀ ਸੀਗਾ ਇਹਨੇ 1498 ਦੇ ਵਿੱਚ ਖੋਜ ਕੀਤੀ ਸੀਗੀ ਭਾਰਤ ਦੀ ਸਮੁੰਦਰੀ ਰਸਤੇ ਦੀ ਤੇ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਸੀਗੀ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਸੀ 1492 ਦੇ ਵਿੱਚ ਸੀਗਾ ਜੇ ਗਲਤ ਨਾ ਹੋ ਮੈਂ ਤੁਹਾਨੂੰ 1492 ਦੇ ਵਿੱਚ ਓਕੇ ਨੈਕਸਟ ਹੈ ਜੀ ਤੀਜੇ ਕਰਨਾਟਕ ਜੁੱਧ ਦੀ ਸਮਾਪਤੀ ਕਿਸ ਸੰਧੀ ਦੇ ਨਾਲ ਹੋਈ ਸੀਗੀ ਪੈਰਿਸ ਸੰਧੀ ਦੇ ਨਾਲ ਬੇਸਿੰਦੀ ਸੰਧੀ ਦੇ ਨਾਲ ਜਾਂ ਏਲਾ ਸਪੇਲ ਦੀ ਸੰਧੀ ਦੇ ਨਾਲ ਜਾਂ ਸੂਰਤ ਦੀ ਸੰਧੀ ਦੇ ਨਾਲ ਕਰਨਾਟਕ ਦਾ ਜੁੱਧ ਹੋਇਆ ਸੀਗਾ ਵੀ ਕਰਨਾਟਕ ਦੇ ਤੀਜੇ ਜੁੱਧ ਦੇ ਦੌਰਾਨ ਜੇ ਆਪਾਂ ਗੱਲ ਕਰੀਏ ਹੈਨਾ ਸੋ ਇਹਦੀ ਜਿਹੜੀ ਸਮਾਪਤੀ ਹੁੰਦੀ ਆ ਉਹ ਕਦੋਂ ਹੁੰਦੀ ਹੈ ਕਿ ਆ ਕੀ ਇਸ ਦੀ ਸਮਾਪਤੀ ਹੁੰਦੀ ਆ ਪੈਰਿਸ ਦੀ ਸੰਧੀ ਦੇ ਨਾਲ ओके ਕਰਨਾਟਿਕ ਦਾ ਤੀਜਾ ਜੁੱਧ ਜਿਹੜਾ ਹੋਇਆ ਸੀਗਾ ਇਹ 1758 ਤੋਂ ਲੈ ਕੇ 63 ਤੱਕ ਚੱਲਿਆ ਸੀਗਾ ਓਕੇ ਤੇ 1763 ਦੇ ਵਿੱਚ ਆ ਕੇ ਇਹ ਪੈਰਿਸ ਦੀ ਸੰਧੀ ਕਰਦੇ ਹੈਗੇ ਆ ਉਸ ਦੇ ਨਾਲ ਜਿਹੜਾ ਹੈ ਆਸਟਰੀਆ ਤੇ ਪ੍ਰਸ਼ਿਆ ਦੇ ਵਿਚਕਾਰ ਜਿਹੜਾ ਇਹ ਜੁੱਧ ਹੁੰਦਾ ਹੈਗਾ ਠੀਕ ਆ ਸੋ ਉਹਦੇ ਵਿੱਚ ਦੱਸਿਆ ਗਿਆ ਸੀ ਉਸ ਨੂੰ ਲੈ ਕੇ ਸੀਗਾ ਇਹ 7 ਸਾਲਾ ਜੁੱਧ ਸੀਗਾ 7 ਸਾਲਾਂ ਤੱਕ ਹੋਇਆ ਸੀ ਤੇ ਇਸ ਜੁੱਧ ਦੀ ਸਮਾਪਤੀ ਜਿਹੜੀ ਹੁੰਦੀ ਹੈਗੀ ਉਹ ਪੈਰਿਸ ਦੀ ਸੰਧੀ ਦੇ ਨਾਲ ਹੁੰਦੀ ਹੈਗੀ ਹੈਗੀ ओके एक ਦੂਜਾ ਕਰਨਾਟਕ ਯੁੱਧ ਵੀ ਸੀਗਾ ਬਈ ਦੂਜਾ ਕਰਨਾਟਕ ਯੁੱਧ ਦੂਜਾ ਕਰਨਾਟਕ ਯੁੱਧ 1749 ਤੋਂ ਲੈ ਕੇ 54 ਤੱਕ ਜਿਹੜਾ ਲੜਿਆ ਗਿਆ ਸੀਗਾ ਓਕੇ ਕਰਨਾਟਕ ਦੀ ਪਹਿਲੀ ਲੜਾਈ 1746 ਦੇ ਵਿੱਚ ਹੋਈ ਸੀਗੀ ਕਰਨਾਟਕ ਦੀ ਪਹਿਲੀ ਲੜਾਈ ਇਹ اگلے ਕੁਐਸਚਨਾਂ ਇਤੋਂ ਹੋਰ ਡੀਪਲੀ ਕਰਵਾ ਦੇਵਾਂਗਾ ਮੈਂ ਠੀਕ ਹੈ 1746 ਦੇ ਵਿੱਚ ਪਹਿਲੀ ਲੜਾਈ ਹੋਈ ਸੀ ਦੂਜੀ 1749 ਦੇ ਵਿੱਚ ਤੀਸਰੀ 1758 ਦੀ ਹੋੱਚ ਹੋਈ ਸੀਗੀ ਠੀਕ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 18 ਪੁਰਤਗਾਲੀਆਂ ਨੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਫੈਕਟਰੀ ਸਥਾਪਿਤ ਕੀਤੀ ਕੋਚੀਨ ਦੇ ਵਿੱਚ ਕਾਲੀਕਟ ਦੇ ਵਿੱਚ ਪੁਲੀਕਟ ਦੇ ਵਿੱਚ ਚਾ ਕਨੂਰ ਦੇ ਵਿੱਚ ਸੋ ਪੁਰਤਗਾਲੀਆਂ ਦੇ ਦੁਆਰਾ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਫੈਕਟਰੀ ਸਟੈਬਲਿਸ਼ ਕੀਤੀ ਗਈ ਸੀਗੀ ਜੀ ਕਾਲੀਕਟ ਵਿਖੇ ਸੋ ਇਹਨਾਂ ਨੇ ਇੱਥੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਫਿਰ ਅੱਗੇ ਵਧਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 19 1717 ਦੇ ਵਿੱਚ ਕਿਸ ਮੁਗਲ ਸਮਰਾਟ ਨੇ ਅੰਗਰੇਜ਼ਾਂ ਨੂੰ ਈਸਟ ਇੰਡੀਆ ਕੰਪਨੀ ਨੂੰ ਭਾਰਤ ਦੇ ਵਿੱਚ ਵਪਾਰ ਕਰਨ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤਨ ਕਰ ਦਿੱਤਾ ਸ਼ਾ ਆਲਮ ਦੂਜਾ ਬਹਾਦਰ ਸ਼ਾ ਜਹਾਂਦਰ ਸ਼ਾ ਜਫਰ ਖੁਸ਼ੀਰ ਇਹਨਾਂ ਦੇ ਵਿੱਚੋਂ ਫੁਰਖਸ਼ੀਰ ਦੇ ਦੁਆਰਾ 1717 ਦੇ ਵਿੱਚ ਜਿਹੜਾ ਹੈ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਦੁਆਰਾ ਵਪਾਰ ਕਰਨ ਲਈ ਕੁਝ ਵਿਸ਼ੇਸ਼ ਜਿਹੜੇ ਹੈ ਸਪੈਸ਼ਲ ਰਾਈਟਸ ਜਿਹੜੇ ਆ ਉਹ ਦੇ ਦਿੱਤੇ ਸੀਗੇ ओके फॉर क्वेश्चन है वेरी वेरी इंपॉर्टेंट है नेक्स्ट है जी बी नंबर ब्रिटिश नेम ब्रिटिश ਦੇ ਨਾਲ ਬੇसीन ਦੀ ਸੰਧੀ ਪੇਸ਼ਵਾ ਨਾਲ ਕਿਸ ਨੇ ਕੀਤੀ ਸੀ ਜੀ माधवराव ਨੇ ਕੀਤੀ ਸੀ ਬਾਲਾਜੀ ਵਿਸ਼ਵਨਾਰ ਨੇ ਕੀਤੀ ਬਾਜੀਰਾਓ ਪਹਿਲੇ ਨਹੀਂ ਕੀਤੀ ਜਾਂ ਬਾਜੀਰਾਓ ਦੂਜੇ ਨਹੀਂ ਕੀਤੀ ਬ੍ਰਿਟਿਸ਼ਾਂ ਦੇ ਨਾਲ ਪੁੱਛਿਆ ਗਿਆ ਹੈ ਜੀ ਕਿ ਬ੍ਰਿਟਿਸ਼ਾਂ ਦੇ ਨਾਲ ਜਿਹੜੀ ਸੰਧੀ ਹੈ ਉਹ ਕਿਸ ਦੇ ਦੁਆਰਾ ਕੀਤੀ ਗਈ ਸੀਗੀ ਸੋ ਬ੍ਰਿਟਿਸ਼ਾਂ ਦੇ ਨਾਲ ਜਿਹੜੀ ਸੰਧੀ ਕੀਤੀ ਗਈ ਸੀ ਕਿ ਜੀ ਬੇਸਨ ਦੀ ਸੰਧੀ ਸੋ ਇਹ ਬਾਜੀ ਰਾਏ ਬਾਜੀਰਾਓ ਦੂਜੇ ਦੇ ਦੁਆਰਾ ਕੀਤੀ ਗਈ ਸੀਗੀ ਜਿਸ ਤੇ ਨਾਲ ਜਿਹੜਾ ਹੈ ਇਹ ਸੰਧੀ ਦੇ ਨਾਲ ਮਤਲਬ ਉਹਨਾਂ ਦੇ ਵਿੱਚ મતਭੇਦ ਦੂਰ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਨੈਕਸਟ ਹੈ ਜੀ ਕੁਐਸਚਨ ਨੰਬਰ 21 ਈਸਟ ਇੰਡੀਆ ਕੰਪਨੀ ਦੇ ਇਹਦੀਨ ਰਾਬਰਟ ਕਲਾਈਵ ਦਾ ਉਤਰ ਅਧਿਕਾਰੀ ਕੌਣ ਸੀ ਜੀ ਪੈਟਿੰਗ ਸੀਗਾ ਕਾਰਨ ਵਾਇਲਸ ਸੀਗਾ ਹੇਸਟਿੰਗ ਸੀ ਜਾਂ ਵੈਲਜਲੀ ਸੀਗਾ ਈਸਟ ਇੰਡੀਆ ਕੰਪਨੀ ਦੇ ਅਧੀਨ ਰਾਬਰਟ ਕਲਾਈਵ ਦਾ ਉੱਤਰ ਅਧਿਕਾਰੀ ਰਿਹਾ ਹੈਗਾ ਵਾਰਨ ਹੇਸਟਿੰਗਸ ਸੋ ਇਹ ਦਾ ਉੱਤਰ ਅਧਿਕਾਰੀ ਰਿਹਾ ਸੀਗਾ ਜੀ 1774 ਤੋਂ ਲੈ ਕੇ 85 ਤੱਕ 1774 ਤੋਂ ਲੈ ਕੇ 85 ਤੱਕ ਭਾਰ ਦਾ ਗਵਰਨਰ ਜਨਰਲ ਰਿਹਾ ਸੀਗਾ ਸੋ ਇਹ ਰਾਬਰਟ ਕਲਾਈਵ ਤੋਂ ਬਾਅਦ ਆਇਆ ਸੀਗਾ ਓਕੇ ਰਾਬਰਟ ਕਲਾਈਵ ਤੋਂ ਬਾਅਦ ਆਇਆ ਸੀਗਾ 1772 ਤੋਂ ਸ਼ੁਰੂ ਹੁੰਦਾ ਹੈ ਬਟ ਇਹਦਾ ਜਿਹੜਾ ਮਤਲਬ ਐਕਚੁਅਲ ਕਾਰਜਕਾਲ ਐਜ਼ ਏ ਗਵਰਨਰ ਜਲ ਦੇ ਰੂਪ ਦੇ ਵਿੱਚ ਸ਼ੁਰੂ ਹੁੰਦਾ ਉਹ 1774 ਦੇ ਵਿੱਚ ਹੁੰਦਾ ਹੈਗਾ ਓਕੇ ਲਾਰਡ ਕਲਾਈਵ ਦਾ ਵੀ ਨੋਟ ਕਰ ਲਿਓ ਲਾਰਡ ਕਲਾਈਵ ਜਿਹੜਾ ਹੈ ਇਹਦਾ ਕਾਰਜਕਾਲ ਸੀਗਾ 1757 ਤੋਂ ਲੈ ਕੇ 1760 ਤੱਕ ਤੇ ਇਹਦਾ ਜਿਹੜਾ ਕਾਰਜਕਾਲ ਲੈਂਦਾ ਹੈ ਉਹ 1772 ਤੋਂ ਲੈ ਕੇ ਕਰ ਲੈਣਾ ਤੁਸੀਂ 85 ਤੱਕ ਠੀਕ ਹੈ ਏ ਦੇ ਵਿੱਚ ਆ ਜਾਂਦਾ ਹੈ ਕਿਉਂਕਿ 74 ਤੋਂ ਤਹੇ ਗਵਰਨਰ ਜਨਰਲ ਬਣਗੇ ਸੀਗੇ ਐਕਟ ਪਾਸ ਹੋਇਆ ਸੀਗਾ ਰੈਗੂਲੇਟਿੰਗ ਦਾ ਐਕਟ ਉਸ ਤੋਂ ਬਾਅਦ ਇਹ ਗਵਰਨਰ ਜਨਰਲ ਬਣਗੇ ਸੀਗੇ ਇਸ ਤੋਂ ਬਾਅਦ ਆਇਆ ਸੀਗਾ ਜੀ ਲਾਰਡ ਕਾਰਨਵਾਲ ਇਸ ਜਿਹੜਾ 1786 ਤੋਂ ਲੈ ਕੇ 1793 ਤੱਕ ਰਿਹਾ ਸੀਗਾ ਇਸ ਤੋਂ ਬਾਅਦ ਚੌਥਾ ਆਇਆ ਸੀਗਾ ਜੀ ਵੈਲਜਲੀ ਜਿਹੜਾ ਕਿ 1798 ਤੋਂ ਲੈ ਕੇ 1805 ਤੱਕ ਇਸ ਦੇ ਵਿੱਚ ਰਿਹਾ ਸੀਗਾ ਠੀਕ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 2 ਕਿਸ ਨੇ ਪੁਰਤਗਾਲੀ ਕਿਸ ਨੇ ਪੁਰਤਗਾਲੀ ਨੋ ਨੀਲੇ ਪਾਣੀ ਦੀ ਨੀਤੀ ਜਿਹੜੀ ਆ ਉਹ ਅਪਣਾਈ ਸੀਗੀ ਕਿਸ ਦੇ ਦੁਬਾਰਾ ਸੋਰੀ ਫ੍ਰਾਂਸਕੋ ਡੀਲ ਅਲਮੀਡਾ ਦੇ ਦੁਬਾਰਾ ਜਾਂ ਅਲਫਾਸੋ ਡੀ ਅਲਬੁਕ ਦੇ ਦੁਬਾਰਾ ਜਾਂ ਨੋਨੋ ਦਾ ਗਨੋਹਾ ਦੇ ਦੁਬਾਰਾ ਜਾਂ ਪ੍ਰੋਕਟਰ ਦੇ ਵਿੱਚੋਂ ਕੋਈ ਨਹੀਂ ਹਨ ਸੋ ਨੀਲੇ ਪਾਣੀ ਦੀ ਨੀਤੀ ਜਿਹੜੀ ਹੈ ਉਹ ਕਿਹੜੇ ਪੁਰਤਗਾਲੀ ਦੇ ਦੁਬਾਰਾ ਅਪਣਾਈ ਗਈ ਸੀ ਇਹਨਾਂ ਚੋਂ ਸੋ ਉਹ ਸੀਗਾ ਜੀ ਫ੍ਰਾਂਸਿਸਕੋ ਡੀ ਅਲਮੀਡਾ ਸੋ ਇਸ ਦੇ ਦੁਆਰਾ ਨੀਲੇ ਪਾਣੀ ਦੀ ਇੱਕ ਨੀਤੀ ਹੈ ਜਿਹੜੀ ਉਹ ਅਪਣਾਈ ਗਈ ਸੀਗੀ ਜੋ ਕਿ ਪੇਪਰ ਦੇ ਪੱਖ ਤੋਂ ਇੰਪੋਰਟੈਂਟ ਵੀ ਹੈ ਕਿਸ ਤੇ ਦੁਆਰਾ ਅਪਣਾਈ ਗਈ ਸੀ ਇਹਨੂੰ ਥੋੜਾ ਜਿਹਾ ਧਿਆਨ ਚ ਰੱਖ ਲਿਓ ਓਕੇ ਨੈਕਸਟ ਹੈ ਜੀ ਇਹਦੀ ਥੋੜੀ ਜਿਹੀ ਡਿਟੇਲ ਮੇਰੇ ਦਿਮਾਗ ਚ ਸਕਿਪ ਹੋ ਗਿਆ ਸੋ ਨੈਕਸਟ ਕਲਾਸ 'ਚ ਮੈਂ ਤੁਹਾਨੂੰ ਹੋਰ ਇਸ ਬਾਰੇ ਜਿਹੜਾ ਦੱਸ ਦੇਵਾਂਗਾ ਨੈਕਸਟ ਹੈ ਜੀ ਕੁਐਸਚਨ ਨੰਬਰ 23 ਕਿਸ ਨੂੰ ਭਾਰਤ ਦੇ ਵਿੱਚ ਪੁਰਤਗਾਲੀ ਸਮਰਾਜ ਦਾ ਵਸਤਵਿਕ ਸੰਸਥਾਪਕ ਕਿਹਾ ਜਾਂਦਾ ਹੈ ਫ੍ਰਾਂਸਿਸਕੋ ਡੀ ਅਲਮੀਡਾ ਨੂੰ ਅਲਫਾਸੋ ਡੀ ਅਲਬੁਕਨੋ ਜਾਂ ਨੋਨੋ ਦੀ ਗੁਨਾਹ ਨੂੰ ਜਾਂ ਫਿਰ ਉਪਰੋਕਤ ਦੇ ਵਿੱਚੋਂ ਕੋਈ ਨਹੀਂ ਸੋ ਅਲਫਾਸੋ ਡੀ ਅਲਬੁਕਨੋ ਜਿਹੜਾ ਹੈ ਪੁਰਤਗਾਲੀ ਸਮਰਾਜ ਦਾ ਅਸਲ ਦੇ ਵਿੱਚ ਸੰਸਥਾਪਕ ਮੰਨਿਆ ਜਾਂਦਾ ਹੈ ਕਿ ਇਹਨੇ ਭਾਰਤ ਦੇ ਵਿੱਚ ਬਈ ਪੁਰਤਗਾਲੀ ਸਮਰਾਜ ਦੀ ਸਥਾਪਨਾ ਕੀਤੀ ਹੈ ਨੈਕਸਟ ਹੈ 24 ਨੰਬਰ ਪੁਰਤਗਾਲੀ ਉਪਨਿਵੇਸ਼ ਦਾ ਪਹਿਲਾ ਗਵਰਨਰ ਭਾਰਤ ਦੇ ਵਿੱਚ ਕੌਣ ਸੀ ਬਥਾਲੋਲੋਜੋ ਡਿਆਰ ਸੀਗਾ ਵਾਸਕੋ ਡੀ ਗਾਮਾ ਸੀ ਜਾਂ ਫਿਰਾਸਕੋ ਡੀ ਅਲਬੀਡਾ ਜਾਂ ਫਿਰ ਅਲਫਾਸੋ ਡੀ ਅਲਬੁਕ ਫਰਾਂਸਕੋ ਡੀ ਅਲਮੀਡਾ ਜਿਹੜਾ ਕਿ ਪੁਰਤਗਾਲੀ ਉਪਨਿਵੇਸ਼ ਦੇ ਅਧੀਨ ਪੁਰਤਗਾਲੀਆਂ ਦਾ ਗਵਰਨਰ ਸੀਗਾ ਜੀ ਭਾਰਤ ਦੇ ਵਿੱਚ ਪਹਿਲਾ ਪਹਿਲਾ ਗਵਰਨਰ ਸੀਗਾ ਜੀ ਫਰਾਂਸਕੋ ਡੀ ਅਲਮੀਡਾ ਓਕੇ ਬ੍ਰਿਟਿਸ਼ ਦਾਨੀਆਂ ਜੀ ਪੁਰਤਗਾਲੀਆਂ ਦਾ ਪੁੱਛਿਆ ਹੈ ਨੈਕਸਟ ਲਾਸਟ ਕੁਐਸਚਨ ਜੀ ਕਿਸ ਅੰਗਰੇਜ਼ ਨੇ ਪੁਰਤਗਾਲੀਆਂ ਨੂੰ ਸੋਲੇ ਜਾਂ ਸਾਬਲੀ ਦੇ ਸਥਾਨ ਤੇ ਹਰਾਇਆ ਸੀਗਾ ਵਿਲੀਅਮ ਹਾਕਸ ਨੇ ਥਾਮਸ ਵੀਰਸ ਨੇ ਟਾਮਸ ਰੋ ਨੇ ਜਾਂ ਫਿਰ ਜੋਸਿਸ ਜੋਸ਼ੀਆ ਚਾਈਲਡ ਨੇ ਇਨਾਂ ਦੇ ਵਿੱਚੋਂ ਹਰਾਇਆ ਗਿਆ ਜੀ ਥਾਮਸ ਵੇਟ ਦੇ ਦੁਆਰਾ ਅੰਗਰੇਜ਼ਾਂ ਨੇ ਪੁਰਤਗਾਲੀਆਂ ਨੂੰ ਸੋਲੀ ਜਾਂ ਸਵਾਲੀ ਨਾਮ ਦਾ ਸਥਾਨ ਸੀਗਾ ਸੋ ਉੱਥੇ ਇਹਨਾਂ ਨੇ ਇਸ ਨੂੰ ਹਰਾਇਆ ਸੀਗਾ ਬ੍ਰਿਟਿਸ਼ ਨੇ ਠੀਕ ਹੈ ਸੋ ਇਹ ਸੀ ਆਪਣਾ ਇਹਦਾ ਸੈਸ਼ਨ ਬਈ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਦੇ ਲਈ ਕਾਫੀ ਹੈਲਪਫੁਲ ਹੋਇਆ ਹੋਗਾ ਕਾਫੀ ਕੁਝ ਇਸ ਦੇ ਵਿੱਚ ਨਵਾਂ ਹੋਊਗਾ ਤੇ ਪਹਿਲੀ ਵਾਰ ਸੁਣਿਆ ਵੀ ਹੋ ਸਕਦਾ ਹੈ ਹਾਲਾਂਕਿ ਪੜੇ ਤੁਸੀਂ ਹੈਗੇ ਨੇ ਪਰ ਕਾਫੀ ਇੰਪੋਰਟੈਂਟ ਜਿਹੜਾ ਇਹ ਸੈਸ਼ਨ ਰਹੂਗਾ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਹੋਇਆ ਹੋਗਾ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ